ਸਤਿ ਸ਼੍ਰੀ ਅਕਾਲ ਦੋਸਤੋ। ਲਓ ਜੀ, ਨਵੀਆਂ ਫਿਲਮਾਂ ਮਾਰਕੀਟ ਦੇ ਵਿੱਚ ਜੇ ਗੱਲ ਕਰੀਏ ਤਾਂ ਬਹੁਤ ਆ ਰਹੀਆਂ ਨੇ ਜੀ। ਅਤੇ ਆਪਾਂ ਜਿੰਨੇ ਵੀ ਫੈਨਸ ਐਕਟਰਾਂ ਦੇ ਨਵੀਂ ਫਿਲਮਾਂ ਦੀ ਉਡੀਕਾਂ ਕਰਦੇ ਰਹਿੰਦੇ ਨੇ, ਅਤੇ ਆਪਾਂ ਉਹਨਾਂ ਨੂੰ ਦੱਸ ਦਿੰਦੇ ਹਾਂ ਜੀ ਉਹਨਾਂ ਦੇ ਹੀਰੋ ਦੀ ਕਦੋਂ ਫਿਲਮ ਰਿਲੀਜ਼ ਹੋਵੇਗੀ ਅਤੇ ਕਦੋਂ ਮਾਰਕੀਟ ਦੇ ਵਿੱਚ ਉਤਰੇਗੀ। ਲਓ ਜੀ, ਹੁਣ ਇਹ ਸਭ ਤੋਂ ਵੱਡੀ ਖੁਸ਼ਖਬਰੀ ਹੈ ਜੀ। ਐਮੀ ਵਿਰਕ ਜੀ ਦੇ ਜਿੰਨੇ ਵੀ ਫੈਨ ਨੇ ਉਹਨਾਂ ਦੀ ਉਡੀਕ ਕਰ ਰਹੇ ਨੇ, ਉਹਨਾਂ ਦੀ ਮਾਰਕੀਟ ਦੇ ਵਿੱਚ ਫਿਲਮ ਦੇਖਣ ਨੂੰ ਉਤਾਵਲੇ ਨੇ। ਸੋ ਉਹਨਾਂ ਲਈ ਖੁਸ਼ੀ ਦੀ ਗੱਲ ਹੈ ਜੀ, ਉਹਨਾਂ ਦੀ ਮਾਰਕੀਟ ਦੇ ਵਿੱਚ ਆ ਰਹੀ ਨਵੀਂ ਫਿਲਮ ਮੁਕਲਾਵਾ ਸੋ ਬਹੁਤ ਜਲਦ ਰਿਲੀਜ਼ ਹੋ ਰਹੀ ਹੈ ਜੀ, 24 ਮਈ ਨੂੰ। ਸੋ 24 ਮਈ ਨੂੰ ਤੁਸੀਂ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਉਹਨਾਂ ਦੀ ਮੂਵੀ ਦਾ ਆਨੰਦ ਜਿਹੜਾ ਕਿ ਮਾਣੋਗੇ। ਲਓ ਜੀ, ਇਸ ਮੂਵੀ ਨੂੰ ਡਾਇਰੈਕਟ ਕੀਤਾ ਜੀ ਸਿਮਰਨਜੀਤ ਸਿੰਘ ਜੀ ਨੇ, ਅਤੇ ਪ੍ਰੋਡਿਊਸਰ ਨੇ ਇਸ ਮੂਵੀ ਦੇ ਗੁਣਵੀਰ ਸਿੰਘ ਸਿੱਧੂ ਜੀ। ਅਤੇ ਜੇ ਸਟਾਰ ਕਾਸਟਿੰਗ ਦੀ ਗੱਲ ਕਰੀਏ ਤਾਂ ਇਸ ਮੂਵੀ ਦੇ ਵਿੱਚ ਆਪਣਾ ਹੀਰੋ ਤਾਂ ਹੈ ਹੀ ਹੈ ਜੀ, ਐਮੀ ਵਿਰਕ ਜੀ, ਅਤੇ ਉਹਨਾਂ ਦੇ ਨਾਲ ਸੋਨਮ ਬਾਜਵਾ ਜੀ, ਗੁਰਪ੍ਰੀਤ ਘੁੱਗੀ ਜੀ, ਉੱਘੇ ਕੋਮੇਡੀਅਨ ਆਪਣੀ ਕਲਾ ਦੇ ਜ਼ੋਹਰ ਦਿਖਾ ਰਹੇ ਨੇ, ਅਤੇ ਬੀ ਐਨ ਸ਼ਰਮਾ ਜੀ ਵੀ ਬਹੁਤ ਵਧੀਆ ਐਕਟ ਪੇਸ਼ ਕਰ ਰਹੇ ਨੇ ਜੀ, ਅਤੇ ਕਰਮਜੀਤ ਅਨਮੋਲ ਜੀ, ਸਰਬਜੀਤ ਚੀਮਾ ਜੀ, ਦ੍ਰਿਸ਼ੀ ਗਰੇਵਾਲ ਜੀ ਅਤੇ ਨਿਰਮਲ ਰਿਸ਼ੀ ਜੀ, ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਵਧੀਆ ਕਲਾਕਾਰ ਐਕਟਰ ਇਸ ਮੂਵੀ ਦੇ ਵਿੱਚ ਤੁਹਾਨੂੰ ਆਪਣੀ ਕਲਾ ਨੂੰ ਦੇ ਜ਼ੋਹਰ ਦਿਖਾਉਂਦੇ ਹੋਏ ਨਜ਼ਰ ਦੇਣਗੇ, ਦਿਖਾਈ ਦੇਣਗੇ। ਸੋ ਬੇਨਤੀ ਕਰਾਂਗੇ ਜੀ, ਬਹੁਤ ਜਲਦ 24 ਤਰੀਕ ਆਉਣ ਵਾਲੀ ਹੈ ਜੀ, 24 ਤਰੀਕ ਨੂੰ ਆਪਣੇ ਸਾਰਿਆਂ ਨੇ ਆਪਣੇ ਸਿਨੇਮਾ ਘਰਾਂ ਦੇ ਵਿੱਚ ਇਹ ਮੂਵੀ ਦੇਖਣ ਜਾਣੀ ਹੈ ਜੀ। ਲਓ ਦੋਸਤੋ, ਅੱਗੇ ਕੋਈ ਨਵੀਂ ਜਾਣਕਾਰੀ ਲੈ ਕੇ ਫਿਰ ਤੁਹਾਡੇ ਸਾਹਮਣੇ ਅਸੀਂ ਪੇਸ਼ ਹੋਵਾਂਗੇ। ਸੋ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਜਿਹੜੇ ਮੇਰੇ ਵੀਰਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸੋ ਪਲੀਜ਼ ਬੇਨਤੀ ਹੈ ਜੀ ਮੇਰਾ ਚੈਨਲ ਜਿਹੜਾ ਕਿ ਜ਼ਰੂਰ ਸਬਸਕ੍ਰਾਈਬ ਕਰ ਦੇਣ, ਅਤੇ ਜਿਹੜੇ ਅਸੀਂ ਨਵੀਂ ਜਾਣਕਾਰੀ, ਕੁਝ ਵੀਡੀਓਜ਼, ਕੁਝ ਇੰਟਰਟੇਨਮੈਂਟ, ਕੁਝ ਹਾਸੇ ਠਾਠੇ ਅਸੀਂ ਆਪਣੇ ਚੈਨਲ 'ਤੇ ਪਾਉਂਦੇ ਹਾਂ, ਸੋ ਉਹ ਅਪਡੇਟਸ ਤੁਹਾਨੂੰ ਮਿਲਦੀ ਰਹੇ ਅਤੇ ਫਿਲਮਾਂ ਦੀ ਅਪਡੇਟਸ ਵੀ ਤੁਹਾਨੂੰ ਮਿਲਦੀ ਰਹੇ। ਸੋ ਧੰਨਵਾਦ।